ਆਂਦਾ ਇਹ ਗਰਾਊਂਡ ਵਿੱਚ ਪੁੱਤ ਜੱਟਦਾ ਆਏ ਹਾਏ 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 ਤੇ ਆਂਦਾ ਇਹ ਗਰਾਊਂਡਾਂ ਵਿੱਚ ਧੂੜਾ ਪੱਟਦਾ ਵੇਖੋ ਨਾ ਤਾਂ ਮੇਰ ਕਰੇ ਜੋ ਲੱਭਦਾ ਇਹ ਛੋਟ ਢੋਲਦਾ ਨਾ ਗਲੈਡੀਏਟਰ ਪਾਕਿਸਤਾਨ ਸ਼ਾਨੀ ਬਸਲਾ ਹਾਏ ਬੱਲੇ 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 ਇਹ ਇਸ ਸਾਈਆਂ ਦੇ ਰਸਤੇ ਟੱਕੇ ਇਸ ਕੁਦਿਆਲ ਨੇ ਵੰਗੇ ਸਗਲਾ ਤੇ ਜੁਸ਼ੀਲਾ ਜਮਾ ਕਹਿੰਦਾ ਉਹ ਲੱਗਾ ਨਾਲ ਮੁੰਡਾ ਗਲੈਡੀਏਟਰ ਆਫ ਪਾਕਿਸਤਾਨ ਸ਼ਾਨੀ ਬਸਰਾ ਬੱਲੇ 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 ਕਹਿੰਦਾ ਐਵੇਂ ਨਹੀਂ ਮਦਾਨਾਂ ਦੀ ਮੈਂ ਖਾਕ ਪਿਆ ਛਾਣਦਾ ਡੱਕਣੇ ਦਾ ਵੱਲ ਤੇ ਮੈਂ ਚੰਗਾ ਪਾਕਿਸਤਾਨ ਉਧਰ ਲਾਲਾ ਰੰਦਾ ਤੰਬੋ ਉਧਰ ਗਲੈਡੀਏਟਰ ਉਧਰ ਲਾਲਾ ਖੱਪੇ ਸੱਚੇ ਉੱਤੇ ਥੱਲੇ ਆਉ ਜਾਂਦਾ ਬਿਲਕੁਲ ਕੁਝ ਚੜ੍ਹਦੀ ਜਵਾਨੀ ਹੈ ਹੱਥ ਦਸਾਂ ਦੀ ਜਾਨਾਂ ਦੇ ਉੱਤੇ ਪੰਜ ਤੇ ਦੋ ਤੋਂ ਵੀ ਕੁਝ ਬਣਾ ਦੇ ਟਾਈਗਰ ਆਫ ਪਾਕਿਸਤਾਨ ਆਏ ਰਾਹ ਢੱਕ ਕੇ ਖਲੋ ਗਿਆ ਮੇਰਾ ਮੈਂ ਭਾਬੀ ਸੋਹਣਾ ਮੁੰਡਾ ਬਸਰਿਆਂ ਦਾ ਸ਼ਾਨੀ ਬਸਰਾ ਅੱਛਾ ਭਾਜੀ ਇਹ ਦੱਸੋ ਕਿ ਜਿਹੜੀ ਕਬੱਡੀ ਦੀ ਟ੍ਰੇਨਿੰਗ ਆ ਤੁਸੀਂ ਕਿੰਨੇ ਘੰਟੇ ਸਵੇਰ ਨੂੰ ਕਰਦੇ ਜੇ ਤੇ ਕਿੰਨੇ ਘੰਟੇ ਸ਼ਾਮ ਨੂੰ ਕਰਦੇ ਜੇ ਤਕਰੀਬਨ 2 ਘੰਟੇ 2.5 ਘੰਟੇ ਸਵੇਰ 2.5 ਘੰਟੇ ਸ਼ਾਮ ਨੂੰ ਇਹਦੇ ਵਿੱਚ ਭਾਜੀ ਰਨਿੰਗ ਕਿੰਨੀ ਜ਼ਰੂਰੀ ਆ ਤੇ ਦੂਸਰੀ ਐਕਸਰਸਾਈਜ਼ ਕਿੰਨੀ ਜ਼ਰੂਰੀ ਆ ਕੋਈ ਵੀ ਟ੍ਰੇਨਿੰਗ ਹੈ ਉਹ ਬਹੁਤ ਜ਼ਰੂਰੀ ਹੈ ਰਨਿੰਗ ਵੀ ਐਕਸਰਸਾਈਜ਼ਾਂ ਵੇਟ ਵੀ ਸਭ ਕੁਝ ਜ਼ਰੂਰੀ ਹੈ ਤਕਰੀਬਨ ਰਨਿੰਗ ਕਿੰਨੇ ਮਿੰਟ ਕਰਨੀ ਚਾਹੀਦੀ ਹੈ ਆਮ ਕਬੱਡੀ ਪਲੇਅਰ ਨੂੰ ਮੇਰੇ ਹਿਸਾਬ 'ਚ 1 ਘੰਟਾ ਰਨਿੰਗ ਕਰਨੀ ਚਾਹੀਦੀ ਭਾਜੀ 1 ਘੰਟੇ 'ਚ ਬੰਦਾ ਮਨ ਨਰਕਾ ਹੋ ਜਾਂਦਾ ਨਹੀਂ ਨਹੀਂ 1 ਘੰਟਾ ਰਨਿੰਗ ਕਰਨੀ ਚਾਹੀਦੀ ਸਹੀ ਹੋ ਗਿਆ ਅੱਛਾ ਭਾਜੀ ਕਿ ਸਵੇਰ ਨਾਸ਼ਤੇ ਦੇ ਵਿੱਚ ਕਬੱਡੀ ਪਲੇਅਰ ਨੂੰ ਕੀ ਖਾਣਾ ਚਾਹੀਦਾ ਦਹੀਂ ਲੱਸੀ ਆਂਡੇ ਮੱਖਣ ਇਹ ਹੋਣਾ ਚਾਹੀਦਾ ਦੇਸੀ ਖੁਰਾਕਾਂ ਜ਼ਿਆਦਾ ਖਾਣੀ ਚਾਹੀਦੀ ਹਾਂਜੀ ਦੇਸੀ ਖਾਣੀ ਚਾਹੀਦੀ ਸਹੀ ਹੋ ਗਿਆ ਤੇ ਦੁਪਹਿਰ ਟਾਈਮ ਕੀ ਖਾਣਾ ਚਾਹੀਦਾ ਦੁਪਹਿਰ ਨੂੰ ਦੁੱਧ ਸ਼ੁੱਧ ਸੂਪ ਸਾਬ ਮਿਲਕ ਸ਼ੇਕ ਪੀਣਾ ਚਾਹੀਦਾ ਸਹੀ ਹਾਂਜੀ ਤੇ ਸ਼ਾਮ ਨੂੰ ਗੋਸ਼ਤ ਖਾਣਾ ਚਾਹੀਦਾ ਘਿਓ ਸ਼ਿਓ ਗੋਸ਼ਤ ਗੋਸ਼ਤ ਖਾਣਾ ਚਾਹੀਦਾ ਅੱਛਾ ਸੌਣ ਤੋਂ ਕਿੰਨੀ ਦੇਰ ਪਹਿਲੇ ਜਿਹੜੀ ਆ ਬੰਦੇ ਨੂੰ ਖੁਰਾਕ ਖਾਣੀ ਚਾਹੀਦੀ ਤਕਰੀਬਨ 3 ਘੰਟੇ ਪਹਿਲਾਂ ਹਰ ਚੀਜ਼ ਖਾ ਲੈਣੀ ਚਾਹੀਦੀ ਹੈ ਜਦੋਂ ਇਨਸਾਨ ਨੇ ਕੋਈ ਵੀ ਪਲੇਅਰ ਹੈ ਉਹਨੇ ਸੌਣਾ ਸੌਣ ਤੱਕ ਉਹ ਤਕਰੀਬਨ ਉਹਨੂੰ ਨਾਰਮਲ ਭੁੱਖ ਫਿਰ ਮਹਿਸੂਸ ਹੋਣੀ ਚਾਹੀਦੀ ਯਾਨੀ ਕਿ ਉਹਨੂੰ ਸਾਰੀ ਹਜਮ ਹੋ ਜਾਏ ਅੱਛੇ ਤਰੀਕੇ ਦੇ ਨਾਲ ਹਾਂਜੀ ਉਹਨੂੰ ਹਜਮ ਹੋਣੀ ਚਾਹੀਦੀ ਸਹੀ ਹੋਗਾ ਅੱਛਾ ਭਾਜੀ ਇਹ ਦੱਸੋ ਕਿ ਤੁਸੀਂ ਕਿੰਨੇ ਭਾਈ ਜੇ ਅਸੀਂ ਮਾਸ਼ਾਅੱਲਾ 4 ਭਾਈ ਆ ਦੂਸਰੇ ਵੀ ਕਬੱਡੀ ਖੇਡਦੇ ਜਾਂ ਤੁਸੀਂ ਇਕੱਲੇ ਖੇਡਦੇ ਜੇ ਨਹੀਂ ਅਸੀਂ 3 ਭਾਈ ਖੇਡਦੇ ਸਾਂ ਸਭ ਤੋਂ ਵੱਡੇ ਭਾਈ ਸ਼ਹਿਜ਼ਾਦ ਮਹਿਮੂਦ ਬਸਰਾ ਉਹਨਾਂ ਨੂੰ ਸੱਟ ਲੱਗ ਗਈ ਉਹ ਇਸ ਟਾਈਮ ਆਰਮੀ ਦੇ ਕੋਚ ਨੇ ਉਸ ਤੋਂ ਛੋਟੇ ਭਾਈ ਜਿਹੜੇ ਨੇ ਬਹਰੀਨ ਪੁਲਿਸ 'ਚ ਨੇ ਉਹ ਤੋਂ ਛੋਟਾ ਭਾਈ ਜਿਹੜਾ ਉਹ ਵੀ ਕਬੱਡੀ ਖੇਡਦਾ ਸੀ ਲੇਕਿਨ ਉਹ ਹੁਣ ਬਾਹਰ ਆਪਣਾ ਕੰਮ ਕਰਦੇ ਨੇ ਉਹ ਵੀ ਬਾਹਰ ਟੁਰ ਗਿਆ ਸ਼ੁਰੂ ਕੀਤੀ ਸੀ ਹਾਂਜੀ ਤੇ ਤੁਹਾਡਾ ਉਸਤਾਦ ਕਿਹੜਾ ਵਾ ਜਿਹਨੇ ਤੁਹਾਡੇ ਤੇ ਦਿਨ ਰਾਤ ਮਿਹਨਤ ਕੀਤੀ ਸਹੀ ਕਬੱਡੀ 2010 ਤੋਂ ਸ਼ੁਰੂ ਕੀਤੀ ਸਾਡੇ ਉਸਤਾਦ ਸਾਡੇ ਵੱਡੇ ਭਾਈ ਨੇ ਸ਼ਹਿਜ਼ਾਦ ਮਹਿਮੂਦ ਬਸਰਾ ਭਾਈ ਅਰਸ਼ਦ ਵੀ ਮੇਰੇ ਉਸਤਾਦ ਨੇ ਭਾਈ ਗੁਲਾਮ ਬਾਸ ਭੱਟ ਵੀ ਸਾਡੇ ਵੱਡੇ ਨੇ ਸਾਡੇ ਉਸਤਾਦ ਵੀ ਨੇ ਉਹਨਾਂ ਕੋਲ ਵੀ ਅਸੀਂ ਬਹੁਤ ਕੁਝ ਸਿੱਖਿਆ ਯਾਨੀ ਕਿ ਤੁਹਾਨੂੰ ਘਰ ਚੋਂ ਕਬੱਡੀ ਮਿਲੀ ਹੈ ਹਾਂਜੀ ਘਰ ਚੋਂ ਕਬੱਡੀ ਮਿਲੀ ਅੱਛਾ ਭਾਜੀ ਇਹ ਤੁਹਾਨੂੰ ਇਕੱਲੇ ਨੂੰ ਸ਼ੌਕ ਸੀ ਜਾਂ ਤੁਹਾਡੇ ਵਾਲਦ ਸਾਹਿਬ ਦੇ ਸ਼ੌਕ ਨੂੰ ਪੂਰਾ ਕੀਤਾ ਤੁਸੀਂ ਨਹੀਂ ਜੀ ਖੁਦ ਵੀ ਸ਼ੌਕ ਸੀ ਸਾਡੀ ਖਾਨਦਾਨ ਦੀ ਰੀਤ ਹੈ ਕਿ ਇੱਕ ਨਾ ਇੱਕ ਪਲੇਅਰ ਸਾਡਾ ਟੁਰਿਆ ਰਹਿੰਦਾ ਸਾਡੇ ਦਾਦੇ ਪੜਦਾਦੇ ਤੋਂ ਪਹਿਲਾਂ ਘੁਲਦੇ ਸਨ ਫਿਰ ਵਾਲਦ ਸਾਹਿਬ ਫਿਰ ਚਾਚੇ ਹਰੀ ਫਿਰ ਵੱਡੇ ਭਾਈ ਅੱਗੋਂ ਮੈਂ ਅੱਗੋਂ ਆਹ ਛੋਟਾ ਭਾਈ ਹੈ ਕਜ਼ਨ ਹੈ ਇਨਸ਼ਾਅੱਲਾ ਇਹ ਕਬੱਡੀ ਖੇਡੇਗਾ ਸਹੀ ਹੋ ਗਿਆ ਅੱਛਾ ਭਾਜੀ ਇਹ ਦੱਸੋ ਕਿ ਵੀ ਜਿਹੜੇ ਤੁਹਾਡੇ ਵਾਲਦ ਸਾਹਿਬ ਆ ਇਹ ਤੁਹਾਨੂੰ ਡੰਡੇ ਨਾਲ ਠਮਦੇ ਆ ਜਾਂ ਆਪੇ ਉੱਠ ਪੈਂਦੇ ਸਵੇਰ ਟਾਈਮ ਨਹੀਂ ਅੱਜ ਵੀ ਡੰਡੇ ਨਾਲ ਠਾਲਦੇ ਨੇ ਹਾਏ 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 ਅੱਛਾ ਜੀ ਹਾਂਜੀ ਬੜੀ ਗੱਲ ਹੈ ਜੀ ਇਹਨਾਂ ਦੇ ਵਾਲਦ ਸਾਹਿਬ ਤੇ ਛਾੜ ਮਾਰ ਵੀ ਨਮਾਜ਼ ਪੜ੍ਹਨ ਨਹੀਂ ਉਹ ਪੜ੍ਹ ਲਈ ਉਹਨਾਂ ਨੇ ਨਮਾਜ਼ ਮਾਸ਼ਾਅੱਲਾ ਜੀ ਇਹਨਾਂ ਦੇ ਵਾਲਦ ਸਾਹਿਬ ਬਹੁਤ ਹੀ ਅੱਛੇ ਇਨਸਾਨ ਆ ਅਸੀਂ ਆਏ ਹਾਂ ਉਹਨਾਂ ਨੇ ਸਪੈਸ਼ਲ ਕਾਲ ਕੀਤੀ ਇਹਨਾਂ ਨੂੰ ਭਾਈ ਹੋਣੀ ਪਤਾ ਨਹੀਂ ਕਿੱਥੇ ਗਏ ਸੀ ਉਹਨਾਂ ਨੇ ਕਿਹਾ ਜੀ ਤੁਸੀਂ ਬੇਟਾ ਜੀ ਬਹਿ ਜਾਓ ਜੇ ਉਹ ਜਿੱਥੇ ਵੀ ਹੋਣਗੇ ਤੁਹਾਡੇ ਕੋਲ ਫੌਰਨ ਪਹੁੰਚਣਗੇ ਕਿਉਂਕਿ ਅਕਸਰ ਜਿਹੜੇ ਆ ਨਾ ਕਬੱਡੀ ਪਲੇਅਰ ਤੁਹਾਨੂੰ ਪਤਾ ਹੀ ਆ ਕੋ ਜ਼ਿਆਦਾਤਰ ਟੂਰਾਂ 'ਤੇ ਰਹਿੰਦੇ ਆ ਜਾਂ ਮੈਚ ਮੂਚ ਖੇਡਣੇ ਹੁੰਦੇ ਆ ਅਤੇ ਜਾਂ ਫਿਰ ਕਬੱਡੀ ਪਲੇਅਰ ਦੀ ਜਾਰੀ ਹੁੰਦੀ ਆ ਗਰਾਊਂਡ ਦੇ ਨਾਲ ਅੱਛਾ ਭਾਅ ਜੀ ਇਹ ਦੱਸੋ ਵੀ ਸਭ ਤੋਂ ਅੱਛਾ ਅਤੇ ਸਭ ਤੋਂ ਫੇਵਰੇਟ ਤੁਹਾਡਾ ਜਿਹੜਾ ਵਾ ਪਲੇਅਰ ਉਹ ਕਿਹੜਾ ਵਾ ਭਾਈ ਗੁਲਾਮ ਬਾਸ ਬੱਟ ਰਾਣਾ ਸੈਫ ਅਤੇ ਭਾਈ ਇਸ਼ਤਿਆਕ ਵਾਲਾ ਅੱਛਾ ਭਾਅ ਜੀ ਬਾਹਰ ਦੇ ਟੂਰ ਅੱਜ ਤੱਕ ਕਿੰਨੇ ਲੱਗ ਚੁੱਕੇ ਤੁਹਾਡੇ ਮੈਂ ਇੰਡੀਆ ਕੈਨੇਡਾ ਗਿਆ ਇੰਡੀਆ 'ਚ ਕਿੰਨੀ ਦਫ਼ਾ ਗਏ ਜੀ ਅਤੇ ਕਿਹੜੇ ਸਨ 'ਚ ਗਏ ਜੀ ਇੰਡੀਆ 2014 ਵਰਲਡ ਕੱਪ 'ਤੇ ਗਏ ਸਾਂ ਬਾਅਦ 'ਚੋਂ 2017 'ਚ ਵਰਲਡ ਕੱਪ ਆਪਣਾ ਕੈਨੇਡਾ ਗਏ ਕੈਨੇਡਾ ਵਰਲਡ ਕੱਪ ਵੀ ਖੇਡਿਆ ਜਿਹੜਾ ਕੈਨੇਡਾ ਕੱਪ ਹੁੰਦਾ ਵੈਸੇ ਸੀਜ਼ਨ ਇੰਡੀਆ ਕਿੰਨੀ ਦਫ਼ਾ ਗਏ ਜੀ ਇੰਡੀਆ 1 ਵਾਰੀ ਗਿਆ ਇੰਡੀਆ 'ਚ ਉਹ ਕਿਹੜੇ ਆਪਣੇ ਜਿਹੜੇ ਆ ਕਲੱਬ ਦੀ ਤਰਫੋਂ ਗਏ ਜੀ ਨਹੀਂ ਮੈਂ ਪਾਕਿਸਤਾਨ ਦੀ ਤਰਫੋਂ ਵਰਲਡ ਕੱਪ 'ਤੇ ਗਿਆ ਅੱਛਾ ਵਰਲਡ ਕੱਪ 'ਤੇ ਗਏ ਸੀ ਅੱਛਾ ਉੱਥੇ ਵਰਲਡ ਕੱਪ ਦੇ ਵਿੱਚ ਕੋਈ ਜਾਫਾ ਲਾਇਆ ਸੀ ਕਿ ਨਹੀਂ
ਨਹੀਂ ਜਿੱਦਣ ਜਾਣਾ ਸੀ ਉਦੋਂ ਰਾਤ ਵੀਜ਼ਾ ਲੱਗਾ ਸੀ ਮੇਰੇ ਗਿੱਟੇ ਨੂੰ ਸੱਟ ਲੱਗ ਗਈ ਮੇਰੀ ਜਗ੍ਹਾ ਤੇ ਫਿਰ ਮਤਲੂਬ ਖੇਡਿਆ ਮਤਲੂਬ ਮਤਲੂਬਾ ਹਾਂਜੀ 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 ਠੀਕ ਹੋ ਗਿਆ ਇਹ ਗਿੱਟੇ ਨੂੰ ਗੋਡੇ ਨੂੰ ਸੱਟ ਆ ਇਹ ਭਾਜੀ ਤਕਰੀਬਨ ਕਿੰਨਾ ਅਰਸਾ ਹੋ ਗਿਆ ਇਹਨੂੰ ਇਹ ਆਪਣਾ 2020 ਵਾਲੇ ਵਰਲਡ ਕੱਪ ਤੇ ਲੱਗੀ ਆਸਟ੍ਰੇਲੀਆ ਦੇ ਖਿਲਾਫ ਫੈਸਲਾਬਾਦ ਖੇਡਦੇ ਸਹੀ 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 ਹਾਂਜੀ ਹੁਣ ਕਿੱਦਾਂ ਜੇ ਗੋਡੇ ਦੀ ਮਾਸ਼ਾਅੱਲਾ ਤਬੀਅਤ ਸੈੱਟ ਜੇ ਹਾਂਜੀ ਆਪਰੇਸ਼ਨ ਕਰਵਾਇਆ ਅੱਲਾ ਦਾ ਬੜਾ ਸ਼ੁਕਰ ਹੈ ਠੀਕ ਹੈ ਹੁਣ ਫਿੱਟ ਫਾਟ ਅੱਛਾ ਭਾਜੀ ਉਹ ਨਫੀਸ ਗੁੱਜਰ ਦੇ ਨਾਲ ਤੇ ਲੋਕਾਂ ਇੰਨਾ ਤਾਵਨ ਕੀਤਾ ਵਾ ਤੇ ਤੁਹਾਡੇ ਨਾਲ ਵੀ ਕਿਸੇ ਨੇ ਕੀਤਾ ਜਾਂ ਨਹੀਂ ਕੀਤਾ ਮੈਂ ਭਾਜੀ ਕਿਸੇ ਨੂੰ ਦੱਸਿਆ ਹੀ ਨਹੀਂ ਵੀ ਮੈਂ ਆਪਰੇਸ਼ਨ ਕਰਵਾਉਣ ਲੱਗਾ ਮੈਂ ਕਿਸੇ ਨੂੰ ਪੁੱਛ ਕੇ ਕਰਵਾਇਆ ਹੀ ਨਹੀਂ ਮੈਂ ਆਪਣਾ ਯਾਨੀ ਕਿ ਸੋਸ਼ਲ ਮੀਡੀਆ ਤੁਸੀਂ ਸ਼ੋਅ ਨਹੀਂ ਕੀਤਾ ਹਾਂਜੀ ਮੈਂ ਕਿਸੇ ਨੂੰ ਨਹੀਂ ਦੱਸਿਆ ਮੈਂ ਆਪਣੇ ਘਰੋਂ ਹੀ ਸਾਰਾ ਕੁਝ ਕੀਤਾ ਸਹੀ ਹੋਗਾ ਰੱਬ ਦੀ ਰਹਿਮਤ ਹੈ ਜੀ ਅਲਹਮਦੁਲਿਲਾ ਕਿਉਂਕਿ ਇਹਨਾਂ ਦੇ 3-4 ਭਾਈ ਆ ਤੇ ਉਹਨਾਂ ਦੀ ਫੁੱਲ ਸਪੋਰਟ ਆ ਜ਼ਿਆਦਾਤਰ ਇਹਨਾਂ ਦੇ ਜਿਹੜੇ ਭਾਈ ਜਿਹੜੇ ਆ ਆਰਮੀ 'ਚ ਆ ਉਹ ਮਾਸ਼ਾਅੱਲਾ ਇਹਨਾਂ ਦੇ ਉਹ ਵੀ ਕਬੱਡੀ ਉਹ ਭਾਅ ਜੀ ਕਿੰਨਾ ਅਰਸਾ ਖੇਡੇ ਤਕਰੀਬਨ 4-5 ਸਾਲ ਉਹ ਖੇਡੇ ਨੇ ਫਿਰ ਉਹਨਾਂ ਨੂੰ ਸੱਟ ਲੱਗ ਗਏ ਅੱਛਾ 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 ਤੇ ਬਾਕੀ ਆਰਮੀ 'ਚ ਆ ਖੇਡਦੇ ਰਹੇ ਹਾਂਜੀ ਫਿਰ ਆਰਮੀ 'ਚ ਥੋੜ੍ਹੀ ਦੇਰ ਹੀ ਖੇਡੇ ਨੇ ਸੱਟ ਲੱਗ ਗਈ ਫਿਰ ਉਹਨਾਂ ਛੱਡ ਦਿੱਤੀ ਫਿਰ ਬਾਅਦ 'ਚੋਂ ਆਪਣਾ ਉੱਥੇ ਕੋਚ ਐਜ਼ ਏ ਕੋਚ ਹੋ ਗਏ ਉੱਥੇ ਫਿਰ ਉਹ ਕੋਚਿੰਗ ਕਰਦੇ ਰਹੇ ਤਕਰੀਬਨ ਥੋੜ੍ਹੀ ਸਰਵਿਸ ਰਹਿ ਗਈ ਇਨਸ਼ਾਅੱਲਾ ਉਹਨਾਂ ਦੀ ਵੀ ਆ ਜਾਣਾ ਉਹਨਾਂ ਅੱਛਾ ਭਾਅ ਜੀ ਇਹ ਦੱਸੋ ਕਿ ਵੀ ਜਿਹੜੇ ਆ ਦੂਸਰੇ ਛੋਟੇ ਬੱਚੇ ਤਿਆਰ ਹੋਣ ਡਏ ਆ ਉਹਨਾਂ ਵਾਸਤੇ ਕੋਈ ਛੋਟੇ ਮੋਟੇ ਟਿਪਸ ਦੱਸੋ ਕਿ ਉਹਨਾਂ ਨੂੰ ਰਨਿੰਗ ਕਿਵੇਂ ਕਰਨੀ ਚਾਹੀਦੀ ਖੁਰਾਕ ਕਿਵੇਂ ਖਾਣੀ ਚਾਹੀਦੀ ਆ ਛੋਟੇ ਮੋਟੇ ਟਿਪਸ ਸ਼ਾਰਟਕੱਟ ਯਾਰ ਜਿੰਨੇ ਛੋਟੇ ਪਲੇਅਰ ਨੇ ਉਹਨਾਂ ਨੂੰ ਦੇਸੀ ਖੁਰਾਕ ਜ਼ਿਆਦਾ ਖਾਣੀ ਚਾਹੀਦੀ ਹੈ ਪ੍ਰੋਟੀਨ ਵਿਟਾਮਿਨ ਖਾਣਾ ਚਾਹੀਦਾ ਜ਼ਰੂਰਤ ਹੈ ਅੱਜ ਕੱਲ੍ਹ ਉਹਦੀ ਬਾਕੀ ਸਟੀਰਾਇਡ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਨੁਕਸਾਨ ਹੈ ਜ਼ਿਆਦਾ ਸੱਟਾਂ ਦਾ ਬੈਸ ਜਿਹੜਾ ਸਟੀਰਾਇਡ ਬਣਦਾ ਅੱਛਾ ਭਾਜੀ ਸਟੀਰਾਇਡ ਤੇ ਪ੍ਰੋਟੀਨ ਇਹਨਾਂ ਦੋਵਾਂ 'ਚ ਫਰਕ ਕੀ ਹੈ ਸਟੀਰਾਇਡ ਹੋਰ ਚੀਜ਼ ਹੈ ਪ੍ਰੋਟੀਨ ਹੋਰ ਚੀਜ਼ ਹੈ ਪ੍ਰੋਟੀਨ ਇਹ ਹੀ ਹੈ ਕਿ ਜਿਵੇਂ ਆਂਡੇ ਵੇ ਮਕਈ ਵੇ ਬਾਜਰਾ ਚਣੇ ਨੇ ਇਹ ਇਹਦੀਆਂ ਚੀਜ਼ਾਂ ਜਿਹੜਾ ਜਿੰਨੇ ਖੁਸ਼ਕ ਮੇਵੇ ਨੇ ਪ੍ਰੋਟੀਨ 'ਚ ਆ ਜਾਂਦੇ ਨੇ ਅਤੇ ਉਹ ਫਿਰ ਪ੍ਰੋਟੀਨ ਜਿਹੜੀ ਹੈ ਪਹਿਲਾਂ ਜਿਹੜੇ ਪੁਰਾਣੇ ਪਲੇਅਰ ਸੀ ਸਾਡੇ ਉਹ ਬਦਾਮ ਕਾਜੂ ਪਿਸਤਾ ਗਿਰੀਆਂ ਇਹਦੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਨ ਹੁਣ ਅਸੀਂ ਜਿਹੜੀ ਨਵੀਂ ਆ ਜਨਰੇਸ਼ਨ ਇਹ ਨਹੀਂ ਇੰਨੀ ਖੇਚਲ ਕਰਦੀ ਉਹ ਸਾਰਾ ਮਿਕਸ ਕਰਕੇ ਉਹ ਜ਼ਿਆਦਾ ਪੈਸੇ ਦੇ ਕੇ ਪ੍ਰੋਟੀਨ ਆਪਣਾ ਲੈ ਲਈਦੀ ਹੈ ਸਹੀ ਹੋਗਾ ਅਤੇ ਸਟੀਰਾਇਡ ਸਟੀਰਾਇਡ ਜਿਹੜਾ ਉਹ ਸਾਡਾ ਉਹ ਕੋਈ ਦੁੱਧ ਘਿਓ ਗੋਸ਼ਤ ਹੈ ਨਹੀਂ ਜਿਹੜਾ ਖਾ ਕੇ ਬੰਦਾ ਤਗੜਾ ਹੋ ਜਾਂਦਾ ਲੇਕਿਨ ਉਹ ਸਾਡੇ ਹੱਡਾਂ 'ਚੋਂ ਸਾਡੇ ਮਾਸ 'ਚੋਂ ਤਾਕਤ ਲੈ ਕੇ ਸਾਨੂੰ ਜ਼ਾਫੀ ਤਾਕਤ ਦੇ ਦਿੰਦਾ ਪੱਠਿਆਂ ਨੂੰ ਉਹਦੀ ਵਜ੍ਹਾ ਤੋਂ ਪੱਠੇ ਹਾਰਡ ਹੋ ਜਾਂਦੇ ਨੇ ਫਿਰ ਪੱਠੇ ਫਟਣੇ ਸ਼ੁਰੂ ਹੋ ਜਾਂਦੇ ਨੇ ਫਿਰ ਸੱਟਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਕੌਡੀ ਦੀ ਬੁਨਿਆਦ ਫਿਰ ਬੰਦੇ ਥੋੜ੍ਹੀ ਟਾਈਮ ਕੌਡੀ ਖੇਡਦੇ ਨੇ ਜਿਹੜਾ ਸਟੀਰਾਇਡ ਲੈਂਦੇ ਨੇ ਜਿਹੜੇ ਬੰਦੇ ਸਟੀਰਾਇਡ ਨਹੀਂ ਸੀ ਲਾਉਂਦੇ ਆਪਣਾ ਬੜੇ ਬੜੇ ਸਾਡੇ ਜਿੰਨੇ ਪਾਕਿਸਤਾਨ ਦੇ ਵੱਡੇ ਪਲੇਅਰ ਨੇ ਉਹ ਜਿੰਨਾ ਸਟੀਰਾਇਡ ਨਹੀਂ ਲਾਇਆ ਉਹਨਾਂ 25-25 28-28 20-20 22-22 ਸਾਲ ਕੌਡੀ ਖੇਡੀ ਜਿੰਨਾ ਸਟੀਰਾਇਡ ਲਾਇਆ 2 ਸਾਲ 3 ਸਾਲ 4 ਸਾਲ ਹੱਦ 5 ਸਾਲ ਸਹੀ ਸਟੀਰਾਇਡ ਮੈਂ ਤੁਹਾਡੇ ਕੋਲ ਪੁੱਛਿਆ ਜੀ ਚੀਜ਼ ਕੀ ਹੈ ਸਾਨੂੰ ਇਹਦਾ ਪਤਾ ਨਹੀਂ ਸਟੀਰਾਇਡ ਟੀਕੇ ਨੇ ਜੀ ਟੀਕੇ ਦਾ ਨੁਕਸਾਨ ਦੇ ਹੀ ਹੈ ਸਟੀਰਾਇਡ ਅੱਛਾ ਭਾਜੀ ਇਹ ਦੱਸੋ ਕਿ ਜਿਹੜਾ ਜਿਮ ਆ ਆਮ ਕਬੱਡੀ ਪਲੇਅਰ ਨੂੰ ਕਿੰਨੇ ਘੰਟੇ ਕਰਨਾ ਚਾਹੀਦਾ ਵਾ ਅਤੇ ਜਿਹੜਾ ਇੱਕ ਆਮ ਬੰਦਾ ਵਾ ਉਹਨੂੰ ਕਿੰਨੇ ਘੰਟੇ ਕਰਨਾ ਚਾਹੀਦਾ ਕਿਉਂਕਿ ਕਰਨਾ ਤਾਂ ਚਾਹੀਦਾ ਹੀ ਹੈ ਅੱਜ ਕੱਲ੍ਹ ਜੇ ਦੌਰ ਨਿਕਲ ਆਇਆ ਕਿ ਜਿਹਦਾ ਜਿਸਮ ਸੋਹਣਾ ਨਾ ਹਾਂਜੀ ਜਿਹਦੀ ਆਪਣਾ ਲੁੱਕ ਚੰਗੀ ਉਹਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ ਅਤੇ ਉਹ ਆਪਣਾ ਜਿਸਮ ਬਣਾਉਣ ਲਈ ਲੁੱਕ ਬਣਾਉਣ ਲਈ ਆਪਣੀ ਹਰ ਚੀਜ਼ ਉਹ ਜਿਮ ਜਿਹੜਾ ਜ਼ਰੂਰੀ ਹੈ ਲੇਕਿਨ ਜਿਮ ਜਿਹੜਾ ਆਪਣਾ ਸਾਡੇ 1-2 ਪਲੇਅਰ ਵਿੱਚ ਹੈ ਨੂੰ ਜਿਮ ਨਹੀਂ ਵੀ ਕਰਦੇ ਲੇਕਿਨ ਮਾਰਸ਼ਲ ਆਰਟਸ ਨਾਲ ਪਾਕਿਸਤਾਨ ਦੇ ਤਗੜੇ ਨੇ ਜਿਨ੍ਹਾਂ 'ਚ ਹੀਰਾ ਭੱਟ ਵੀ ਹੈ ਉਹ ਮੇਰੇ ਹਿਸਾਬ 'ਚ ਨਾਰਮਲ ਕਰਦਾ ਏਡੀ ਖਾਸ ਜਿਮ ਦੇ ਵਿੱਚ ਨਹੀਂ ਵੜਿਆ ਰਹਿੰਦਾ ਲੇਕਿਨ ਉਹ ਪਲੇਅਰ ਵੇਖ ਲਓ ਸਭ ਤੋਂ ਗਰਾਊਂਡ ਨਾਲ ਜੁੜਿਆ ਰਹਿੰਦਾ 24 ਘੰਟੇ ਹਾਂਜੀ ਬਿਹਤਰ ਤਗੜਾ ਸਹੀ ਜਿਮ ਜ਼ਰੂਰੀ ਵੀ ਹੈ ਇਨਸਾਨ ਵਾਸਤੇ ਜਿਹੜੇ ਪਲੇਅਰ ਨੇ ਨਾ ਅੱਜ ਕੱਲ੍ਹ ਦੇ ਦੌਰ ਨਾਲ ਜਿਮ ਜ਼ਰੂਰੀ ਹੈ ਕਰਨੀ ਚਾਹੀਦੀ ਸਹੀ ਹਾਂਜੀ ਅੱਛਾ ਭਾਅ ਜੀ ਇਹ ਦੱਸੋ ਕਿ ਵੀ ਅਲਹਮਦੁਲਿਲਾ ਨਮਾਜ਼ ਜਿਹੜੀ ਆ 5 ਵਕਤ ਪੜ੍ਹਦੇ ਜਾਂ ਜਦੋਂ ਟਾਈਮ ਮਿਲ ਜਾਵੇ ਭਾਅ ਜੀ ਹੁਣ ਤਾਂ ਆਪਰੇਸ਼ਨ ਕਰਵਾਇਆ ਆਪਰੇਸ਼ਨ ਤੋਂ ਪਹਿਲਾਂ ਤਈਅਤ ਵੀ ਅਤੇ 5 ਨਮਾਜ਼ਾਂ ਵੀ ਮੈਂ ਪੜ੍ਹਦਾ ਰਿਹਾ ਮਾਸ਼ਾਅੱਲਾ ਹਾਂਜੀ ਅਤੇ ਅੱਜ ਕੱਲ੍ਹ ਨਹੀਂ ਹੁਣ ਨਹੀਂ ਪੜ੍ਹੀ ਜਾਂਦੀ ਬੈਠਾ ਵੀ ਕੁਰਸੀ 'ਤੇ ਬਹਿ ਕੇ ਨਮਾਜ਼ ਕਿਸੇ ਵੀ ਹਾਲਤ 'ਚ ਨਹੀਂ ਮਾਫ ਲੇਕਿਨ ਹੁਣ ਥੋੜ੍ਹੀ ਜਿਹੀ ਲਾਪਰਵਾਹੀ ਕਰ ਛੱਡੀ ਨਹੀਂ ਭਾਅ ਜੀ ਇਹ ਸਾਡੇ ਵੱਲੋਂ ਤੁਹਾਨੂੰ ਮਸ਼ਵਰਾ ਵਾ ਕਿ ਭਾਵੇਂ ਕੁਰਸੀ 'ਤੇ ਬਹਿ ਕੇ ਪੜ੍ਹ ਲਓ ਭਾਵੇਂ ਉਂਗਲ ਦੇ ਇਸ਼ਾਰੇ ਨਾਲ ਬਹਿ ਕੇ ਪੜ੍ਹ ਲਓ ਕਿਉਂਕਿ ਜਿਹੜਾ ਬੇਨਮਾਜ਼ੀ ਹੈ ਨਾ ਉਹਨੂੰ ਤਾਂ ਸ਼ੇਖ ਅਬਦੁਲ ਜਲਾਨੀ ਸਾਹਿਬ ਨੇ ਫਰਮਾਇਆ ਕਿ ਉਹਨੂੰ ਮੁਸਲਮਾਨਾਂ ਦੇ ਕਬਰਸਤਾਨ ਦੇ ਵਿੱਚ ਵੀ ਜਿਹੜਾ ਵਾ ਦਫ਼ਨ ਨਾ ਕਰੋ ਠੀਕ ਹੈ ਅਤੇ ਇਹ ਤਾਂ ਸਾਡੇ 'ਤੇ ਲਾਜ਼ਮੀ ਹੈ ਕਿਉਂਕਿ ਇਹਨੂੰ ਲਾਜ਼ਮੀ ਪੜ੍ਹਨਾ ਚਾਹੀਦਾ ਵਾ ਅਤੇ ਜਿਹੜਾ ਪਲੇਅਰ ਹੁੰਦਾ ਵਾ ਉਹ ਤਾਂ ਵੈਸੇ ਹੀ ਮਾਸ਼ਾਅੱਲਾ ਅੱਲਾ ਦਾ ਵਲੀ ਬੰਦਾ ਹੁੰਦਾ ਵਾ ਅਤੇ ਇਹ ਜਿਹੜੀ ਪੜ੍ਹਨੀ ਚਾਹੀਦੀ ਹੈ ਅੱਛਾ ਭਾਅ ਜੀ ਇਹ ਦੱਸੋ ਵੀ ਅਰਫਾਨ ਰਹਿਮਾਨਾ ਜੱਟ ਇਹ ਕਬੱਡੀ ਪਲੇਅਰ ਜਿਹੜਾ ਵਾ ਰੇਡਰ ਕੈਸਾ ਵਾ ਮਾਸ਼ਾਅੱਲਾ ਬਹੁਤ ਹੀ ਵਧੀਆ ਇਹ ਕੋਈ ਜਿਮ ਸ਼ਿਮ ਕਰਦਾ ਸਟੀਰਾਇਡ ਖਾਂਦਾ ਹੋਊਗਾ ਜਾਂ ਨਹੀਂ ਨਹੀਂ ਜੀ ਪਤਾ ਕੀ ਹੈ ਮੈਂ ਕਿਸੇ ਨੂੰ ਵੀ ਨਹੀਂ ਕਹਿੰਦਾ ਫਲਾਣਾ ਸਟੀਰਾਇਡ ਕਰਦਾ ਅਤੇ ਫਲਾਣਾ ਸਟੀਰਾਇਡ ਨਹੀਂ ਕਰਦਾ ਇਹ ਹਰ ਬੰਦੇ ਨੂੰ ਖੁਦ ਪਤਾ ਵੀ ਮੈਂ ਕਰਨਾ ਜਾਂ ਨਹੀਂ ਕਰਦਾ
लेकिन प्लेयर माशाल्लाह भाई माना बहुत चंगा है। इस टाइम पाकिस्तान का कप्तान भी है भाई माना, जिम भी करता है कट्ठे कैंप चाह जिम करते हैं। लेकिन उन्होंने माशाल्लाह बहुत लंबी गेम एक टीचे एक प्रॉपर बराबर गेम उन्होंने कर की थी। यानी कि भाजी माने लव जू हाँ जी माशाल्लाह बहुत चंगा प्लेयर है। अच्छा भाजी जाफियां दे विच तुहाडे को पुछिए कि अपने पाकिस्तान दे विच जिहड़ा सब तो तगड़ा जिहड़ा जाफी है एक ओ दसो। नहीं जिहड़ा माशाल्लाह बहुत सारे ने यार मैं इस वक्त दे विच हाँ जी जिहड़ा चल रहा कमर भट्ट वधिया जाफी है। अच्छा जी हाँ जी ते रेडरां दे विचों रेडर इस टाइम तकरीबन तिना चौं महीनों तो मैं कबड्डी नाल नहीं जुड़िया अपने घर ही हाँ। रेडर भी माशाल्लाह हीरा भट्ट वधिया वधिया हीरा भट्ट ये माशाल्लाह जी भाई बास दा जिहड़ा वा भांजा हीरा भट्ट छानी बसरा असीं छानी बसरे दे डेरे ते आए हाँ ते इन्हां दी माशाल्लाह बहुत ही ज़्यादा जिहड़ी आ रिस्पैक्ट करदे आ ते बहुत ज़्यादा तारीफ करन डए आ ते लव जू कहिंदे भाजी उहनां नूं इदां ही आ भाजी। बिल्कुल जी बिल्कुल। अच्छा अच्छा भाजी ये दसो कि भी इत्थों तुसीं इत्थे लागे छागे ग्राउंड आ जां शहर जाके अपनी ट्रेनिंग वगैरह करदे जी? नहीं आ ना पिंड दे नाल ही पंप है पेट्रोल पंप उहदी बैक साइड ते साडा ग्राउंड। ते जिम कित्थे करन जांदे जी? जिम शहर गोजरे जाणा पैंदा। गोजरे किहड़ी जगह जांदे जी? ओलंपिया जिम। ओलंपिया जिम अच्छा ओहदा शहर दी उली साइड ते लागी समय पैंदा। सही 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 ठीक होगा जी इंशाल्लाह। इसे नाले सानू इजाजत दो ते जिंदगी रही इंशाल्लाह फिर किसी नवी वीडियो दे विच मिलांगे। ओके अल्लाह हाफिज अस्सलाम वालेकुम। दीपक सिंह मंडेर इन्हां दा नाम आ हाल मकीन सरी कनेडा दे विच रहिंदे आ। इस वेले इंडिया तो तशरीफ लैके आए आ। चौधरी जहूर अली मरहूम दियां भी बहुत ही मुहब्बत संगत होंदियां सी इंडिया पंजाब दे लोगां नाल। उन्हां मुहब्बतां नूं अगे आपियां मार के ते खुले विच मैदान ते गजदे ने गुट फड़ के जना नबेड़ दिंदे नाले कौडियां पांदे ना रजदे ने। लाओ आओ नबेड़ दित्ता फड़ के आओ वे भाई पूरा भार इधरले पासे मैनूं लगदा कि फड़िया गया जी पॉइंट जापी दा जी। खेड मैदान दे विच कबड्डी 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 करता होया लगा नौजवान शानी बसरा ते शानी भट्ट। हाए कहिंदा मैं ते माई इंज मिलदे जिवें टिच बटना दी जोड़ी। चल राशन रसमाई दी पई हुई कबड्डी ते देखो किन हुंदा टच जांदा ए ग्राउंड विच पुत जकदा हाय 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 ते आंदा ए ग्राउंड विच सुरम पटदा। देखो मेर ते जो लगता है छोटू हों ग्लैडिएटर पाकिस्तान शानी बसरा बल्ले बल्ले इस साइया के रस्ते टिके इस सुधार नहीं होंगे तगड़ा ते जोशीला जामा कहिंदा ओ लगा नाल मुंडा ग्लैडिएटर ऑफ पाकिस्तान शानी बसरा बल्ले 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 कहिंदा एवें नहीं मदाना दी मैं खाक पिया छाणदा डकने दा बल ते मैं चंगा पाकिस्तान उधर ताला रखदा कंबो उधर ग्लैडिएटर उधर ताला खप्पे सच्चे उत्ते थल्ले आ जांदा बिल्कुल कुछ शादी जवानी है हाथ का जोर भी जाता दो तो पांच तो जरूर ठीक हो जाएगा। तो शादी को फिर टाइगर ऑफ पाकिस्तान आए राह ढक के खलो गया मेरा मैं भाभी सोना मुंडा बसरिया का शानी बसरा।